ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖੇੜਾ ਵਿਖੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸੰਤ ਗੋਬਿੰਦ ਦਾਸ ਜੀ ਦੀ ਸਾਲਾਨਾ ਬਰਸੀ ਮੌਕੇ ਵਿਸ਼ਾਲ ਛਿੰਜ ਮੇਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਆਏ ਪਹਿਲਵਾਨਾਂ ਦਰਮਿਆਨ 90 ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਟਕੇ ਦੀ ਕੁਸ਼ਤੀ ਦੁਆਬੇ ਅਤੇ ਮਾਝੇ ਦੇ ਪਹਿਲਵਾਨਾਂ ਦਰਮਿਆਨ ਹੋਈ, ਜਿਨ੍ਹਾਂ ਦੀ ਸ਼ੁਰੂਆਤ ਸੰਤ ਦੇਸਰਾਜ ਜੀ ਅਤੇ ਪਿੰਡ ਦੀ ਕਮੇਟੀ ਵੱਲੋਂ ਕਰਵਾਈ ਗਈ, ਜਿਸ ਵਿੱਚ ਪਹਿਲਵਾਨ ਰਵੀ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਜਰਕੀ ਪਿੰਡ ਖੇੜੇ ਦੀ ਛਿੰਜ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੰਤ ਬਾਬਾ ਗੋਬਿੰਦ ਦਾਸ ਜੀ ਦੇ ਨਾਂ 'ਤੇ ਪੱਕਾ ਅਖਾੜਾ ਬਣਾਉਣ ਲਈ ਪੰਚਾਇਤ ਵੱਲੋਂ ਜ਼ਮੀਨ ਦਾਨ ਕੀਤੀ ਗਈ ਹੈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਅਖਾੜੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦਾ ਤਿਆਗ ਕਰਕੇ ਪਹਿਲਵਾਨੀ ਦੇ ਗੁਰ ਸਿੱਖਣਗੇ। ਪ੍ਰਬੰਧਕਾਂ ਵੱਲੋਂ ਕੁਸ਼ਤੀ ਦੰਗਲ ਵਿੱਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਅਤੇ ਕੋਚ ਸਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਸੰਤ ਦੇਸਰਾਜ ਜੀ ਨੇ ਪਿੰਡ ਦੀ ਪੰਚਾਇਤ ਦਾ ਅਖਾੜੇ ਲਈ ਜ਼ਮੀਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਬਾਬਾ ਸਿੰਘ, ਹਰਵਾਨ ਸਿੰਘ, ਗਿਆਨ ਸਿੰਘ, ਰਣਜੀਤ ਸਿੰਘ ਜੀਤੀ, ਗੁਰਦੀਪ ਸਿੰਘ, ਅਵਤਾਰ ਸਿੰਘ ਮੰਗੀ, ਸੁਰਿੰਦਰ ਸਿੰਘ ਲੰਬੜਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਅੱਜ ਪਿੰਡ ਖੇੜਾ ਵਿਖੇ ਸੰਤ ਬਾਬਾ ਗੋਬਿੰਦ ਦਾਸ ਜੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਖਾੜੇ ਦੀ ਆਰੰਭਤਾ ਹੋਈ, ਜਿਸ ਵਿੱਚ ਫਗਵਾੜਾ ਔਰ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਔਰ NRI ਵੀਰਾਂ ਨੇ ਦਿਲ ਖੋਲ੍ਹ ਕੇ ਅਤੇ ਇਲਾਕੇ ਦੀ ਸਾਰੀ ਸੰਗਤ ਨੇ ਆਪਣਾ ਜੋ ਵੀ ਤਿਲ ਫੁੱਲ ਯੋਗਦਾਨ ਪਾਇਆ। ਅੱਜ ਵੱਡੇ ਮੱਲਾਂ ਦਾ ਅਖਾੜਾ ਹੋਇਆ ਔਰ ਕੁਸ਼ਤੀਆਂ ਦੇ ਵਿੱਚ ਲਗਭਗ ਕੋਈ 110-5 ਦੇ ਨਜ਼ਦੀਕ ਕੁਸ਼ਤੀਆਂ ਹੋਈਆਂ ਪਹਿਲਵਾਨਾਂ ਦੀਆਂ, ਜਿਨ੍ਹਾਂ ਦੇ ਵਿੱਚੋਂ ਲਾਸਟ ਅਖਾੜੇ ਦੀ ਕੁਸ਼ਤੀ ਦੇ ਉੱਤੇ ਰਵੀ ਜੇਤੂ ਰਿਹਾ ਔਰ ਦੂਸਰੇ ਨੰਬਰ 'ਤੇ ਤਾਲਬ ਬਹੁਤ ਹੀ ਪਟਕੇ ਦੀ ਕੁਸ਼ਤੀ ਸੀ, ਜਿਸ ਨੂੰ ਕਿ ਅੰਤਮ ਸਮੇਂ ਤੱਕ ਪਬਲਿਕ ਨੇ ਬਹੁਤ ਹੀ ਆਨੰਦ ਮਾਣਿਆ। ਪੂਰੇ ਟਾਈਮ ਦੇ ਵਿੱਚ ਕੁਸ਼ਤੀ ਦਾ ਕੋਈ ਡਿਸੀਜਨ ਨਾ ਹੋਣ 'ਤੇ ਫਿਰ ਦੁਬਾਰਾ ਟਾਈਮ ਦੇ ਕੇ ਟੌਸ ਦੇ ਵਿੱਚ ਰਵੀ ਪਹਿਲਵਾਨ ਜਿੱਤਿਆ ਔਰ ਇਲਾਕੇ ਦੇ ਲੋਕਾਂ ਨੂੰ ਇੰਨਾ ਕੁ ਖੁਸ਼ੀ ਹੋਈ ਕਿ ਸਾਡੇ ਇਲਾਕੇ ਦੇ ਜਿਹੜੇ ਇਹ ਅਖਾੜਾ ਖੁੱਲ੍ਹਿਆ, ਜਿੰਨੇ ਆਉਣ ਵਾਲੇ ਨੌਜਵਾਨ ਵੀਰ, ਸਾਡੀ ਛੋਟੀ ਪੀੜ੍ਹੀ ਜੋ ਨਸ਼ਿਆਂ ਤੋਂ ਰਾਹਤ ਰਹੂਗੀ ਔਰ ਜਿੰਨਾ ਵੀ ਨਸ਼ਾ ਪ੍ਰਦਾਨ ਹੋ ਰਿਹਾ ਸਰਕਾਰਾਂ ਦਾ, ਅਤੇ ਮੈਂ ਇਸੇ ਤਰ੍ਹਾਂ ਅਪੀਲ ਕਰਦਾ ਸਾਰੀਆਂ ਸਰਕਾਰਾਂ ਨੂੰ ਕਿ ਜੋ ਅੱਜ ਖੇੜੇ ਦੀ ਪੰਚਾਇਤ ਨੇ ਅਤੇ ਸੰਤ ਬਾਬਾ ਗੋਬਿੰਦ ਦਾਸ ਜੀ ਉਹਨਾਂ ਨੇ ਇਹ ਅਖਾੜੇ ਦੀ ਆਰੰਭਤਾ ਕਰਕੇ ਇਲਾਕੇ ਦੇ ਵਿੱਚ ਇੰਨਾ ਵਧੀਆ ਆਉਣ ਵਾਲੀ ਪੀੜ੍ਹੀ ਲਈ ਨਸ਼ਿਆਂ ਤੋਂ ਰਹਿਤ ਹੋਣ ਲਈ ਉਪਰਾਲਾ ਕੀਤਾ, ਸਰਕਾਰਾਂ ਨੂੰ ਵੀ ਇਹੋ ਜਿਹੇ ਥਾਂ ਦੇ ਉੱਤੇ ਦਿਲ ਖੋਲ੍ਹ ਕੇ ਸਟੇਡੀਅਮ ਬਣਾਉਣ ਲਈ ਔਰ ਅਖਾੜਿਆਂ ਵਾਸਤੇ, ਕਬੱਡੀਆਂ ਵਾਸਤੇ, ਖੇਡਾਂ ਵਾਸਤੇ ਵੱਡੇ ਪ੍ਰੋਜੈਕਟ ਲਿਆਉਣੇ ਚਾਹੀਦੇ ਆ, ਤਾਂ ਜੋ ਸਾਡੇ ਪੰਜਾਬ ਨੂੰ ਪਹਿਲਾਂ ਵਾਂਗ ਹੀ ਪੰਜਾਬ ਸੋਨੇ ਦੀ ਚਿੜੀ 'ਤੇ ਹੱਸਦਾ ਵੱਸਦਾ ਦਿਸੇ। ਇਹ ਜੋ ਅੱਜ ਮੱਲਾਂ ਦਾ ਅਖਾੜਾ ਜੋ ਖੋਲ੍ਹਿਆ ਗਿਆ, ਸੰਤ ਬਾਬਾ ਦੇਸਰਾਜ ਜੀ ਜੋ ਵੱਡੀ ਜ਼ਿੰਮੇਵਾਰੀ, ਸੰਤ ਬਾਬਾ ਗੋਬਿੰਦ ਦਾਸ ਜੀ ਦੀ ਗੱਦੀ ਨਸ਼ੀਨ, ਸੰਤ ਬਾਬਾ ਦੇਸਰਾਜ ਜੀ ਵੱਡੀਆਂ ਜ਼ਿੰਮੇਵਾਰੀਆਂ, ਵੱਡੀਆਂ ਇਲਾਕੇ ਦਾ ਬੋਝ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਇਲਾਕੇ ਲਈ ਬਹੁਤ ਹੀ ਵੱਡਾ ਕਾਰਜ ਕੀਤਾ। ਅਸੀਂ ਮਹਾਂਪੁਰਖਾਂ ਦੇ ਵੀ ਇਲਾਕੇ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਖੇੜੇ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।